ਵਿੱਚ ਝੁੰਝਨੂ ਦੀ ਵਿਸ਼ੇਸ਼ ਪੋਸਕੋ ਅਦਾਲਤ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ 5 ਸਾਲਾ ਬੱਚੀ ਦੇ ਨਾਲ ਜ਼ਬਰ ਜ਼ਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਪੋਸਕੋ ਦੇ ਜੱਜ ਗੇਸ਼ ਕੁਮਾਰ ਜੈਨ ਨੇ ਆਪਣੇ ਫੈਸਲੇ ਦੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦਾ ਜ਼ੁਲਮ ਤਾਂ ਕੋਈ ਪਸ਼ੂ ਦੇ ਬੱਚੇ ਨਾਲ ਵੀ ਨਹੀਂ ਕਰਦਾ ਜਿਵੇਂ ਕਿ ਦੋਸ਼ੀ ਨੇ ਕੀਤਾ। ਉੱਥੇ ਹੀ ਇਹਨਾਂ ਵਾਰਦਾਤਾਂ ਦੇ ਪਿੱਛੇ ਨਸ਼ੇ ਦੇ ਕਾਰਨ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਇਸ ਦਿਸ਼ਾ ਦੇ ਵਿੱਚ ਕਦਮ ਚੁੱਕਣ ਦੇ ਲਈ ਵੀ ਕਿਹਾ ਗਿਆ। ਵਿਸ਼ੇਸ਼ ਸਰਕਾਰੀ ਵਕੀਲ ਲੋਕੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਹੈ ਕਿ ਜੱਜ ਨੇ ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀ ਸੁਨੀਲ ਕੁਮਾਰ ਉਮਰ 20 ਸਾਲਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ ਸਖਤ ਸੁਰੱਖਿਆ 'ਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਇਹ ਘਟਨਾ 19 ਫਰਵਰੀ ਨੂੰ ਹੋਈ ਸੀ। ਘਟਨਾ ਦੇ 9 ਦਿਨਾਂ ਦੇ ਵਿੱਚ ਪੁਲਿਸ ਨੇ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਅਤੇ ਅਦਾਲਤ ਨੇ ਸਿਰਫ 26 ਦਿਨਾਂ ਦੇ ਵਿੱਚ ਹੀ ਫੈਸਲਾ ਸੁਣਾ ਦਿੱਤਾ। ਪੋਸਕੋ ਕੋਰਟ ਦੇ ਜੱਜ ਜੈਨ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੁਣਵਾਈ ਦੌਰਾਨ ਤੇਰੇ ਅੰਦਰ ਇੱਕ ਵਾਰ ਵੀ ਪਛਤਾਵਾ ਨਹੀਂ ਦੇਖਿਆ। ਜੇਕਰ ਤੈਨੂੰ ਪਛਤਾਵਾ ਹੁੰਦਾ ਤਾਂ ਹੋ ਸਕਦਾ ਸੀ ਕਿ ਤੇਰੀ ਸਜ਼ਾ ਦੂਜੀ ਹੁੰਦੀ। ਝੁੰਝਨੂ ਪੁਲਿਸ ਸੁਪਰਡੈਂਟ ਮਨੀਸ਼ ਤ੍ਰਿਪਾਠੀ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਸਖਤ ਸੰਦੇਸ਼ ਜਾਵੇਗਾ ਕਿ ਬੁਰਾਈ ਦਾ ਅੰਤ ਬੁਰਾ ਹੀ ਹੁੰਦਾ ਹੈ। ਉਹਨਾਂ ਨੇ ਮਾਮਲੇ 'ਚ ਜਾਂਚ ਅਧਿਕਾਰੀ ਚਿਵਾੜਾ, ਪੁਲਿਸ ਡਿਪਟੀ ਸੁਪਰਡੈਂਟ ਸੁਰੇਸ਼ ਸ਼ਰਮਾ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਟੀਮ ਨੇ ਸਿਰਫ 9 ਦਿਨਾਂ ਦੇ ਵਿੱਚ ਚਲਾਨ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ।